ਉਹਨੂੰ ਵੇਖ ਕੇ ਪਾਪੀ ਘਬਰਾਵੇ। ਸਤਸੰਗ ਜੀ ਤਿੰਨ ਘੱਲੂ ਘਾਰੇ ਹੋਏ ਨੇ, ਤੁਸੀਂ ਇਤਿਹਾਸ ਪੜ੍ਹ ਲਓ। ਪਹਿਲਾ ਘੱਲੂ ਘਾਰਾ ਉਹ ਕਾਨੂੰਵਾਨ ਦੇ ਸ਼ੰਭ ਵਿੱਚ 1746 ਨੂੰ ਉਹ ਪਾਪੀ ਜ਼ਕਰੀਆ ਖਾਨ ਜਿਨ੍ਹੇ ਸਤਸੰਗ ਜੀ ਲਾਹੌਰ ਦੇ ਦਰਬਾਰ ਤੇ 1726 ਤੋਂ ਲੈ ਕੇ 1745 ਤੱਕ ਰਾਜ ਕੀਤਾ। ਉਹ ਕਿਹੜਾ ਦਿਨ ਸੀ ਜਦੋਂ ਸਾਡੇ ਪੁਰਖਿਆਂ ਦੇ ਛੰਨੇ ਭਰ ਭਰ ਕੇ ਉਹਨੇ ਖੂਨ ਦੇ ਨਹੀਂ ਪੀਤੇ ਤੇ ਉਹਦੇ ਮਰਨ ਤੋਂ ਬਾਅਦ ਉਹਦਾ ਪੁੱਤ ਯਹੀਆ ਖਾਨ ਤਖਤ ਤੇ ਬੈਠਾ। ਉਹਨੇ ਆਖਿਆ ਸਿੱਖ ਕੌਮ ਦਾ ਖੁਰਾ ਖੋਜ ਮਟਾਉਣਾ ਹੈ ਤੇ ਕਾਨੂੰਵਾਨ ਦੇ ਸ਼ੰਭ ਵਿੱਚ ਜੋ ਕੁਝ ਸਾਡੇ ਨਾਲ ਹੋਇਆ ਉਹਨੂੰ ਪਹਿਲਾ ਘੱਲੂ ਘਾਰਾ ਕਹਿੰਦੇ ਨੇ। ਫਿਰ ਸਤਸੰਗ ਜੀ 1762 ਵਿੱਚ ਉਹ ਅਬਦਾਲੀ ਜਿਨ੍ਹੇ ਬੜੇ ਹਮਲੇ 16 ਹਮਲੇ ਮੇਰੇ ਇਸ ਹਿੰਦੁਸਤਾਨ ਉੱਤੇ ਕੀਤੇ, ਸਤਸੰਗ ਲੁੱਟ ਕੇ ਕੁੱਟ ਕੇ ਇੱਥੋਂ ਦੀਆਂ ਬਹੁ ਬੇਟੀਆਂ ਨੂੰ ਸਤਸੰਗ ਜੀ ਗਜਨੀ ਦੇ ਬਾਜ਼ਾਰ ਵਿੱਚ ਟਕੇ ਟਕੇ ਸਾਡੀ ਇੱਜ਼ਤ ਦੀ ਨਿਲਾਮੀ ਹੁੰਦੀ ਸੀ। ਉਹ ਸਤਸੰਗ ਜੀ ਇੰਨੇ ਮਾੜੇ ਦਿਨ ਸਨ ਪਰ ਉਹਨਾਂ ਪਾਪੀਆਂ ਦਾ ਰਾਹ ਰੋਕਿਆ ਬਾਬੇ ਦੀਪ ਸਿੰਘ ਵਰਗਿਆਂ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਘੱਲੂ ਘਾਰਾ 1762 ਵਿੱਚ ਕੋ ਭਰੀੜੇ ਦੇ ਮੈਦਾਨ ਵਿੱਚ ਹੋਇਆ। ਓਏ ਭਰਾਓ, 36 ਪ੍ਰਕਾਰ ਨਾਲ ਸਾਨੂੰ ਮਾਰਿਆ ਗਿਆ, ਕਿੰਨੇ ਅਸਹਿ ਤੇ ਕਹਿ ਤਸੀਹੇ ਦਿੱਤੇ ਤੇ ਜਦੋਂ ਸਤਸੰਗ ਜੀ ਇੱਕੇ ਦਿਨ 60,000 ਮਾਈ ਭਾਈ ਮਾਰ ਦਿੱਤਾ ਤੇ ਕਹਿੰਦੇ ਹੁਣ ਸਿੱਖੀ ਨਹੀਂ ਬਚਣੀ। ਇਹ ਉਹ ਲੋਕ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੇ ਸਤਸੰਗ ਗੁਰਦਾਸ ਨੰਗਲ ਦੀ ਗੜੀ ਤੋਂ ਕਿੱਥੇ ਪਹੁੰਚਾਇਆ ਸੀ, ਦਿੱਲੀ, ਤੇ ਇਹਨਾਂ ਨੇ 60 ਸਿਰਾਂ ਦੇ ਗੱਡੇ ਭਰ ਕੇ ਯਕਰੀਆ ਖਾਨ ਨੇ ਫਰਕਸੀਅਰ ਦੇ ਪੇਸ਼ ਕੀਤੇ, ਅਬਦੁਲ ਸਮਦ ਖਾਨ ਨੇ। ਆ ਤੁਸੀਂ ਕਿਤੇ ਜੈਬ ਘਰ ਚਲੇ ਜਾਓ, ਇੱਕ ਤਸਵੀਰ ਤੁਹਾਨੂੰ ਮਿਲੇਗੀ, ਇੱਕ ਨੇਜੇ ਦੇ ਉੱਤੇ ਬਿੱਲੀ ਟੰਗੀ ਹੋਈ ਹੈ। ਬਿੱਲੀ ਉਹਦਾ ਅਰਥ ਪਤਾ ਕੀ ਸੀ? ਵੀ ਇਹ ਫਰਕਸੀਅਰ ਪੰਜਾਬ ਦੀ ਧਰਤੀ ਤੇ ਖਾਲਸਾ ਤੇ ਦੂਰ ਦੀ ਗੱਲ ਹੈ, ਅਸੀਂ ਤੇ ਜਾਨਵਰ ਵੀ ਨਹੀਂ ਰਹਿਣ, ਅਸੀਂ ਤੇ ਬਿੱਲੀ ਤੱਕ ਨਹੀਂ ਰਹਿਣਤੀ। ਉਹ ਸਿੰਘੋ ਮਾੜੇ ਦਿਨ ਸਾਡੇ ਤੇ ਆਏ ਪਰ ਬੰਦਾ ਡਿੱਗਦਾ ਉੱਠ ਕੇ ਫਿਰ ਡਿੱਗਦਾ, ਡਿੱਗਦੇ ਢਹਿੰਦਿਆਂ ਤੁਰਨ ਦਾ ਢੰਗ ਆਉਂਦਾ। ਇਹ ਤੇ ਜ਼ਿੰਦਗੀ ਇਹ ਫਾਕੇ ਮਸਤੀਆਂ ਦੀ, ਜਿਹੜਾ ਯਾਰ ਆਉਂਦਾ ਉਹ ਵੀ ਬਦਰੰਗ ਆਉਂਦਾ ਹੈ। ਕੋ ਭਰੀੜੇ ਦੇ ਮੈਦਾਨ ਵਿੱਚ ਏਡਾ ਸਾਡਾ ਨੁਕਸਾਨ ਹੋਇਆ। ਓਏ ਭਰਾਓ, ਇੱਕ ਬੰਦਾ ਘਰ ਚੋਂ ਤੁਰ ਜਾਵੇ ਤੇ ਉਹ ਘਰ 50 ਸਾਲ ਪਿੱਛੇ ਚਲੇ ਜਾਂਦਾ ਹੈ, ਪਰ ਜਿਹੜੀ ਕੌਮ ਦੇ ਨਾਲ ਏਡਾ ਵੱਡਾ ਅਬਦਾਲੀ ਨੇ ਕਹਿਰ ਕੀਤਾ ਹੋਵੇ। ਕਦੋਂ ਬੱਚਾ ਪੈਦਾ ਹੁੰਦਾ ਹੈ, ਕਦੋਂ ਵੱਡਾ ਹੁੰਦਾ ਹੈ, ਕਦੋਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਹੈ। ਇਹਨਾਂ ਨੁਕਸਾਨ 30,000 60,000 ਇੱਕੇ ਦਿਨ ਸਾਡੇ ਪੁਰਖਿਆਂ ਨੂੰ ਸਤਸੰਗ ਜੀ ਇਹਨਾਂ ਜ਼ਾਲਮਾਂ ਨੇ ਕੋਹ ਕੋਹ ਕੇ ਮਾਰਿਆ। ਪਰ ਇੱਕ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਆ ਪਿੱਛੇ ਬੈਠੇ ਨੇ, ਸਤਿਕਾਰਯੋਗ ਬਾਬਾ ਰਘਬੀਰ ਸਿੰਘ ਜੀ ਖਿਆਲੇ ਵਾਲੇ ਮਹਾਂਪੁਰਖ। ਉਹ ਨਿਹੰਗ ਸਿੰਘ ਸਤਸੰਗ ਜੀ ਖੁੰਡੇ ਦਾ ਢਾਸਨਾ ਲਾ ਕੇ ਕਹਿੰਦਾ ਸੀ, ਓਏ ਅਬਦਾਲੀਆ, ਕੌਮ ਨੂੰ ਕੋਈ ਫਰਕ ਨਹੀਂ ਪੈਣਾ, ਸੋਨਾ ਸੋਨਾ ਰਹਿ ਗਿਆ ਤੇ ਖੋਟ ਖੋਟ ਝੜ ਗਿਆ। ਇਹ ਸਾਡਾ ਹੌਸਲਾ ਸੀ ਕਿਉਂਕਿ ਸਾਨੂੰ ਦੱਸਿਆ ਸ੍ਰੀ ਦਸ਼ਮੇਸ਼ ਜੀ ਨੇ, ਮੌਤ ਵਿੱਚੋਂ ਹੀ ਜ਼ਿੰਦਗੀ ਪਾਈ ਦੀਏ, ਜੇਕਰ ਲਾੜੀ ਆਜ਼ਾਦੀ ਦਾ ਚਾਹ ਹੋਵੇ ਪਹਿਲਾਂ ਹੱਸ ਕੇ ਮੌਤ ਵਿਆਹੀ ਦੀਏ, ਸਿੱਖੀ ਸਕੂਲ ਵਿੱਚ ਲੈਣਾ ਜੇ ਦਾਖਲਾ ਏ ਉੱਥੇ ਇਹੋ ਹੀ ਸਬਕ ਪੜ੍ਹਾਈ ਦਾ ਏ, ਮੌਤ ਕਦੇ ਵੀ ਮਰਦ ਨੂੰ ਮਾਰਦੀ ਨਾ ਹੋਏ, ਚੋਲਾ ਇੱਕ ਲਾ।